ਇੰਗਲਿਸ਼ ਦੇ ਵਿੱਚ ਗੱਲ ਕੀਤੀ ਜਾਵੇ ਬਹੁਤ ਸਾਰੇ ਇੱਦਾਂ ਦੇ ਵਰਡਸ ਹੁੰਦੇ ਨੇ ਜਿਹੜੇ ਆਪਾਂ ਸਿਨੋਨਿਮ ਯੂਜ਼ ਕਰਦੇ ਹਾਂ, ਬਟ ਉਹਨਾਂ 'ਚ ਮਾਈਨਰ ਡਿਫਰੈਂਸ ਹੁੰਦਾ ਹੈ। ਜਿੱਦਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੇਖਣ ਦੀ, ਨੰਬਰ 1 ਵਾਚ। ਵਾਚ ਪੁੱਤਰ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਪਰਟੀਕੁਲਰਲੀ ਆਪਾਂ ਇੱਕ ਪਰਟੀਕੁਲਰ ਸਕਰੀਨ ਆਪਣੇ ਸਾਹਮਣੇ ਹੁੰਦੀ ਹੈ ਅਤੇ ਆਪਾਂ ਉਹਦੇ ਵੱਲ ਵੇਖਣਾ ਹੁੰਦਾ, ਰਾਈਟ? ਫੋਰ ਐਗਜ਼ਾਮਪਲ, ਟੀਵੀ ਦੀ ਸਕਰੀਨ ਹੈ ਆਪਾਂ ਉਹਨੂੰ ਵੇਖ ਰਹੇ ਹਾਂ, ਆਪਾਂ ਬੋਲਦੇ ਹਾਂ ਵਾਚ, ਗੋਟ ਇਟ? ਜਾਂ ਫਿਰ ਥੀਏਟਰ ਦੇ ਵਿੱਚ ਗੱਲ ਕੀਤੀ ਜਾਵੇ ਸਕਰੀਨ ਇਜ਼ ਦੇਅਰ ਤਾਂ ਆਪਾਂ ਮੂਵੀ ਵਾਚ ਕਰਦੇ ਹਾਂ, ਕਲੀਅਰ? ਨੰਬਰ 2 ਸੀ, ਸੀ ਹੁੰਦਾ ਵੇਖਣਾ, ਰਾਈਟ? ਸੋ ਉਹ ਪਰਟੀਕੁਲਰ ਕਿਸੇ ਚੀਜ਼ ਦੀ ਗੱਲ ਨਹੀਂ ਕੀਤੀ ਜਾਂਦੀ ਉੱਥੇ, ਜਿੱਦਾਂ ਜਨਰਲੀ ਆਪਾਂ ਕਿਤੇ ਬਾਹਰ ਜਾਂਦੇ ਹਾਂ, ਘਰ ਤੋਂ ਬਾਹਰ ਨਿਕਲੇ ਆਪਾਂ ਇੱਧਰ ਉੱਧਰ ਵੇਖਦੇ ਹਾਂ, ਉਹਦਾ ਮਤਲਬ ਹੁੰਦਾ ਸੀ ਕਰਨਾ, ਰਾਈਟ? ਮਤਲਬ ਕਈ ਵਾਰ ਅਨਵਾਂਟਿਡ ਚੀਜ਼ਾਂ ਵੀ ਹੁੰਦੀਆਂ ਨੇ ਇੱਦਾਂ ਦੀਆਂ ਜੋ ਆਪਾਂ ਨਹੀਂ ਵੇਖਣਾ ਚਾਹੁੰਦੇ, ਬਟ ਫਿਰ ਵੀ ਆਪਣੇ ਸਾਹਮਣੇ ਆਉਂਦੀਆਂ ਨੇ ਆਪਾਂ ਵੇਖਦੇ ਹਾਂ, ਦੈਟ ਇਜ਼ ਸੀ, ਰਾਈਟ? ਨੰਬਰ 3 ਇਜ਼ ਗਲਾਂਸ। ਗਲਾਂਸ ਦਾ ਮਤਲਬ ਹੁੰਦਾ ਝਲਕ ਮਾਰਨੀ, ਰਾਈਟ? ਜਿੱਦਾਂ ਆਪਾਂ ਟਾਸਕ 1 'ਚ ਆਪਾਂ ਯੂਜ਼ ਕਰਦੇ ਹਾਂ ਬੋਡੀ ਪੈਰਾਗ੍ਰਾਫ 1 ਜਦੋਂ ਆਪਾਂ ਸਟਾਰਟ ਕਰਦੇ ਹਾਂ, ਆਪਾਂ ਬੋਲਦੇ ਹਾਂ ਐਟ ਦ ਫਲੀਟਿੰਗ ਗਲਾਂਸ, ਮੀਨਸ ਪਹਿਲੀ ਝਲਕ ਦੀ ਇਹ ਚੀਜ਼ ਕਲੀਅਰ ਹੋ ਗਈ, ਗੋਟ ਇਟ? ਸੋ ਨੈਕਸਟ ਪੁੱਤਰ ਜੀ ਵਰਡ ਹੈਗਾ ਸਟੇਅਰ। ਸਟੇਅਰ ਦਾ ਮਤਲਬ ਹੁੰਦਾ ਟਿਕਟਿਕੀ ਲਗਾ ਕੇ ਵੇਖਣਾ। ਟਿਕਟਿਕੀ ਦਾ ਮਤਲਬ ਕੀ ਹੈ ਕਿ ਇੱਧਰ ਉੱਧਰ ਕਿਤੇ ਧਿਆਨ ਨਹੀਂ ਹੋਣਾ, ਮਤਲਬ ਤੁਸੀਂ ਸਿਰਫ ਤੇ ਸਿਰਫ ਸਾਹਮਣੇ ਵੇਖ ਰਹੇ ਹੋ, ਇੱਕ ਚੀਜ਼ 'ਤੇ ਵੇਖ ਰਹੇ ਹੋ, ਰਾਈਟ? ਕਾਫੀ ਸੈਕਿੰਡਸ ਲਈ ਕੰਟੀਨਿਊਸਲੀ ਵੇਖ ਰਹੇ ਹੋ, ਦੈਟ ਇਜ਼ ਆਲ ਅਬਾਊਟ ਸਟੇਅਰ ਕਰਨਾ, ਰਾਈਟ? ਸੋ ਸਟੇਅਰ ਲਈ ਇੱਕ ਹੋਰ ਵਰਡ ਯੂਜ਼ ਕੀਤਾ ਜਾਂਦਾ ਗੇਜ਼, ਓਕੇ? ਐਂਡ ਲਾਸਟ 1 ਇਜ਼ ਪੀਪ। ਪੀਪ ਹੁੰਦਾ ਆ ਝਾਤੀ ਮਾਰਨਾ, ਹੈ ਨਾ? ਫੋਰ ਐਗਜ਼ਾਮਪਲ ਜਦੋਂ ਤੁਸੀਂ ਐਗਜ਼ਾਮਸ ਦੇ ਰਹੇ ਹੋਣੇ, ਤੁਸੀਂ ਪੀਪਿੰਗ ਕਰਦੇ ਹੋ ਨਾ, ਇੱਧਰ ਉੱਧਰ ਵੇਖਦੇ ਹੋ, ਨੱਕਲ ਮਾਰਨ ਦੀ ਕੋਸ਼ਿਸ਼ ਕਰਦੇ ਹੋ, ਝਾਤੀ ਮਾਰਦੇ ਹੋ, ਉਦੋਂ ਆਪਾਂ ਪਰਟੀਕੁਲਰ ਵਰਡ ਯੂਜ਼ ਕਰਦੇ ਹਾਂ ਪੁੱਤਰ ਜੀ, ਪੀਪ।